ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਸਿੱਖ ਚੈਨਲ ਦੀ ਟੀਮ ਇਸ ਵਕਤ ਖੜੀ ਹੈ ਗ੍ਰੇਵ ਏਜੰਟ ਅਤੇ ਪਿਆਰੇ ਦਰਸ਼ਕੋ, ਸਿੱਖ ਜਿੱਥੇ ਵੀ ਕਿਹਾ ਗਿਆ ਇਹਨੇ ਹੱਡ ਭਰਵੀਂ ਕਮਾਈ ਕੀਤੀ, ਜਿੱਥੇ ਆਪਣੇ ਮਾਪਿਆਂ ਦਾ ਨਾਂ, ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ, ਉੱਥੇ ਇਹਨੇ ਕਮਿਊਨਿਟੀ ਦਾ ਨਾਂ ਵੀ ਰੋਸ਼ਨ ਕੀਤਾ। ਉਹਨਾਂ ਹੀ ਸਿੱਖਾਂ ਦੇ ਵਿੱਚੋਂ ਗੁਰੂ ਪਿਆਰੇ, ਚਾਹੇ ਆਪਾਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਜਿਹੜੀ ਆ ਗੱਲ ਕਰ ਲਈਏ, ਚਾਹੇ ਆਪਾਂ 65 ਦੇ ਸ਼ਹੀਦਾਂ ਦੀ ਗੱਲ ਕਰ ਲਈਏ, 71 ਦੇ, ਭਾਵੇਂ ਆਪਾਂ ਵਰਲਡ ਵਾਰ ਦੇ ਸ਼ਹੀਦਾਂ ਦੀ ਗੱਲ ਕਰ ਲਈਏ, ਸਿੱਖਾਂ ਨੇ ਛਾਤੀ ਦੇ ਤਾਣ ਕੇ ਜਿਹੜੀ ਆ ਉਹ ਆਪਣੀ ਮੁਕਾਬਲਾ ਕੀਤਾ ਦੁਸ਼ਮਣ ਦਾ, ਚਾਹੇ ਉਹ ਸਭਰਾਵਾਂ ਦੀ ਲੜਾਈ ਹੋਵੇ। ਸੋ ਸਾਡੇ ਪਿੱਛੇ ਜੋ ਸਕੇਜੂਅਲ ਵੇਖ ਰਹੇ ਹਾਂ, ਇਹ ਸਕਾਡਰਨ ਲੀਡਰ ਮਹਿੰਦਰ ਸਿੰਘ ਜੀ ਪੂੰਜੀ, ਉਹਨਾਂ ਦਾ ਹੈ, ਸਰਦਾਰ ਦਾ ਜਿਹੜਾ ਬੁੱਤ ਲੱਗਾ ਹੈ। ਇਹ ਵੀ ਬੜੀ ਬੱਲੇ ਬੱਲੇ ਕਿ ਇਹਨਾਂ ਟਾਈਮਾਂ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਵਰਲਡ ਦੇ ਕੋਨੇ ਕੋਨੇ 'ਤੇ ਸਰਦਾਰਾਂ ਦੀਆਂ ਕੁਰਬਾਨੀਆਂ ਜਿਹੜਾ ਉਹਨਾਂ ਦੇ ਬੁੱਤ ਲਾਏ ਜਾ ਰਹੇ ਹਨ। ਜੇ ਆਪਾਂ ਗੱਲ ਕਰੀਏ ਫਰਾਂਸ ਅਤੇ ਬੈਲਜੀਅਮ ਦੇ ਬਾਰਡਰ ਦੇ ਉੱਤੇ ਈਪਰ ਸ਼ਹਿਰ ਹੈ, ਉੱਥੇ ਪੂਰਾ ਲਿਖਿਆ ਹੈ ਕਿ ਕਿਹੜੇ ਸਿੰਘ ਜਿਹੜੇ ਸੀ ਉਹ ਸ਼ਹੀਦ ਹੋਏ, ਉਹਨਾਂ ਦਾ ਨਾਂ ਕੀ ਸੀ, ਉਹਨਾਂ ਦਾ ਪਿੰਡ ਦਾ ਨਾਂ ਕੀ ਸੀ, ਉਹਨਾਂ ਦੀ ਰੈਜੀਮੈਂਟ ਕਿਹੜੀ ਸੀ, ਇਹਨਾਂ ਇਹਨਾਂ ਨੇ ਰਿਕਾਰਡ ਸਾਂਭ ਕੇ ਰੱਖਿਆ। ਗ੍ਰੀਸ ਦੇ ਵਿੱਚ ਵੀ ਦੁਨੀਆ ਦੇ ਕੋਨੇ ਕੋਨੇ 'ਚ ਸਰਦਾਰਾਂ ਦੀ ਬੱਲੇ ਬੱਲੇ ਆ। ਸੋ ਇਹ ਵੇਖ ਰਿਹਾ ਜੇ ਕਿ ਦਸਤਾਰਧਾਰੀ ਸਿੰਘ, ਇਹ ਮਾਣ ਦੀ ਗੱਲ ਆ ਸਾਡੇ ਵਾਸਤੇ, ਸਰਦਾਰਾਂ ਵਾਸਤੇ, ਔਰ ਇਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ। ਇਹ ਸਾਰਾ ਹੀ ਸਾਡੇ ਨਾਲ ਭਾਅ ਜੀ ਖੜੇ ਆ। ਭਾਅ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਸ਼ੁਭ ਨਾਮ ਜੀ? ਜਗਦੇਵ ਸਿੰਘ ਵਿਰਦੀ। ਤੋਂ ਅਸੀਂ ਗੱਲ ਕਰ ਰਹੇ ਹਾਂ ਜਿਹੜਾ ਸਾਡੇ ਪਿੱਛੇ ਬੁੱਤ ਲੱਗਾ ਸਰਦਾਰ ਦਾ, ਸਕੁਆਡਰਨ ਲੀਡਰ ਮਹਿੰਦਰ ਸਿੰਘ ਜੀ ਪੂੰਜੀ ਹੁਣਾਂ ਦਾ, ਔਰ ਇਹਨਾਂ ਨੇ ਬੜੀਆਂ ਘਾਲਣਾ ਘਾਲੀਆਂ, ਜਿੱਥੇ ਜਿੱਥੇ ਪੰਜਾਬੀ ਗਏ ਉਹਨਾਂ ਨੇ ਆਪਣਾ ਨਾਂ ਦੇ ਸਿੱਕੇ ਜਮਾਏ ਆ। ਸੋ ਮੇਰਾ ਨਾਂ ਜਗਦੇਵ ਸਿੰਘ ਜੀ ਵਿਰਦੀ ਆ। ਵਿਰਦੀ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਇਹਨਾਂ ਬਾਰੇ, ਇਹ ਸਕਾਊਟਿੰਗ ਲੀਡਰ ਜਿਹੜੇ ਸੀਗੇ ਮਹਿੰਦਰ ਸਿੰਘ ਜੀ ਪੂੰਜੀ, ਇਹਨਾਂ ਬਾਰੇ ਥੋੜ੍ਹੀ ਜਾਣਕਾਰੀ ਦਿਓ। ਤੁਹਾਨੂੰ ਇਹ ਸਿੱਖ ਚੈਨਲ ਦੀ ਅੱਖ ਦੇ ਨਾਲ ਪੂਰਾ ਵਰਲਡ ਵੇਖ ਰਿਹਾ ਕਿ ਇਹ ਕਦੋਂ ਇਹ ਜਿਹੜੀ ਆ ਬ੍ਰਿਟਿਸ਼ ਏਅਰਫੋਰਸ ਦੇ ਵਿੱਚ ਸ਼ਾਮਲ ਹੋਏ, ਅਤੇ ਇਹਨਾਂ ਨੇ ਕੀ ਜਿਹੜੀਆਂ ਬਹਾਦਰੀ ਦੇ ਕੰਮ ਕੀਤੇ? ਇਹ ਮਹਿੰਦਰ ਸਿੰਘ ਪੂੰਜੀ ਜਦੋਂ ਨਾ ਸੈਕਿੰਡ ਵਰਲਡ ਵਾਰ ਲੱਗੀ ਸੀ, ਉਦੋਂ ਇੱਥੇ UK ਨੂੰ, ਬਰਤਾਨੀਆ ਨੂੰ ਲੋੜ ਸੀ ਪਾਇਲਟਸ ਦੀ, ਫਿਰ ਇੱਥੇ ਦੀ ਰੋਇਲ ਏਅਰਫੋਰਸ ਦੇ ਵਿੱਚ ਸ਼ਾਮਿਲ ਕਰ ਲਈਆਂ ਨੇ, ਇੰਡੀਆ ਤੋਂ ਪਾਇਲਟਸ ਲਿਆਉਂਦੇ ਸੀ। ਉਹ ਗਰੁੱਪ ਆਇਆ ਸੀ, ਮਤਲਬ 40-45 ਜਾਣੇ ਸੀ, ਉਹਨਾਂ ਦੇ ਵਿੱਚੋਂ ਸੀ ਇੱਕ ਸ਼ਾਮਿਲ। ਇਹ ਜਦੋਂ ਫਿਰ ਇੱਥੇ ਆਏ ਤਾਂ ਫਿਰ ਰੋਇਲ ਏਅਰਫੋਰਸ ਦੇ ਵਿੱਚ ਹੀ ਰਹੇ, ਪ੍ਰਮੋਸ਼ਨ ਹੋ ਕੇ ਸਕੁਆਡਰਨ ਲੀਡਰ ਵੀ ਬਣ ਗਏ। ਅਤੇ ਇਹ ਇੱਕੋ ਹੀ ਸੀ ਯਾਰ, ਵੀ ਯੂਨੀਕ ਕਹਿ ਲਓ ਵੀ, ਜਿਹੜੇ ਵੀ ਰੋਇਲ ਏਅਰਫੋਰਸ ਦੇ ਪਾਇਲਟ ਜਿਨ੍ਹਾਂ ਨੇ ਯੂਰਪ ਵਿੱਚ ਵੀ ਜੰਗ ਲੜਿਆ, ਮਿਡਲ ਈਸਟ ਵਿੱਚ ਵੀ ਅਤੇ ਫਾਰ ਈਸਟ ਵਿੱਚ ਵੀ, ਅਤੇ ਹੋਰ ਕੋਈ ਪਾਇਲਟ ਇੱਦਾਂ ਨਹੀਂ ਸੀ ਵੀ ਸਾਰੇ ਪਾਸੇ ਜਾ ਕੇ ਨਾ ਜੰਗ ਲੜੇ। ਇਹ ਫਿਰ ਮਗਰੋਂ ਜਦੋਂ ਰਿਟਾਇਰ ਹੋ ਗਏ ਏਅਰਫੋਰਸ ਤੋਂ, ਫਿਰ ਇਹਨਾਂ ਨੇ ਹੋਰ ਕਈ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ। ਦਿੱਲੀ ਏਅਰਪੋਰਟ ਦੇ ਮੈਨੇਜਰ ਵੀ ਰਹੇ, ਉੱਥੇ ਗਲਾਈਡਰ ਵੀ ਚਲਾਉਂਦੇ ਰਹੇ, ਅਤੇ ਮਗਰੋਂ ਫਿਰ, ਪਰ ਜਦੋਂ ਅਖੀਰ 'ਤੇ ਆ ਕੇ ਨਾ ਇਹਨਾਂ ਨੇ ਅਖੀਰਲੇ 20 ਸਾਲ ਜ਼ਿੰਦਗੀ ਦੇ ਇੱਥੇ ਗ੍ਰੇਵ ਜੰਡ ਗੁਜ਼ਾਰੇ ਸੀ। ਅਤੇ ਇੱਥੇ ਫਿਰ ਆ ਕੇ ਜਦੋਂ ਰਹੇ, 1990 ਦੇ ਨੇੜੇ ਆਏ ਇੱਥੇ, ਅਤੇ 2010 ਵਿੱਚ ਚਲਾਣਾ ਕਰ ਗਏ ਸੀ। 2010 ਦੇ ਵਿੱਚ ਚਲਾਣਾ ਕਰ ਗਏ, ਅਤੇ ਜਿਹੜਾ ਆਪਣੇ ਬੁੱਤ ਲੱਗਾ ਵਾ, ਇਹ ਸਾਰੇ ਹੀ ਸ਼ਹੀਦਾਂ ਦੀ ਯਾਦ ਦੇ ਵਿੱਚ ਆ? ਹਾਂਜੀ, ਇਹ ਅਸੀਂ ਫਿਰ ਇੱਥੇ ਗ੍ਰੇਵਜ਼ਨ ਦੀ ਸੰਗਤਾਂ ਨੇ ਇੱਦਾਂ ਪ੍ਰੋਗਰਾਮ ਬਣਾਇਆ ਸੀ ਵੀ ਜਿੰਨੇ ਵੀ ਸ਼ਹੀਦ ਹੋਏ ਵਰਲਡ ਵਾਰ ਦੇ ਵਿੱਚ ਨਾ, ਜਿਨ੍ਹਾਂ ਨੇ ਹਿੱਸਾ ਲਿਆ ਸਾਰੇ ਦੇਸ਼ਾਂ 'ਚੋਂ, ਕਾਮਨਵੈਲਥ ਦੇ, ਜਿਨ੍ਹਾਂ ਨੇ ਵੀ ਬ੍ਰਿਟੇਨ ਦਾ ਸਪੋਰਟ ਕੀਤਾ, ਉਹਨਾਂ ਦੇ ਵੱਲੋਂ ਇੱਥੇ ਕਾਉਂਸਲ ਦੇ ਨਾਲ ਸਲਾਹ ਕਰਕੇ, ਨਾਲੇ ਗੁਰਦੁਆਰੇ ਦੀ ਕਮੇਟੀ ਵੱਲੋਂ, ਸਾਰਿਆਂ ਵੱਲੋਂ, ਸਾਰੀਆਂ ਸੰਗਤਾਂ ਵੱਲੋਂ, ਸਾਰਿਆਂ ਨੇ ਹਿੱਸਾ ਪਾਇਆ, ਅਤੇ ਕਾਉਂਸਲ ਨੇ ਜ਼ਿੰਮੇਵਾਰੀ ਲਈ ਵੀ ਬੁੱਤ ਦੀ ਮੇਨਟੇਨੈਂਸ ਰੱਖਣੀ, ਵੀ ਅੱਗੇ ਤੋਂ ਸਾਫ਼ ਸੁਥਰਾ ਰੱਖਣਾ, ਅਤੇ ਸੰਗਤਾਂ ਨੇ ਪੈਸੇ ਇਕੱਠੇ ਕੀਤੇ। ਅਤੇ ਤੁਸੀਂ ਇਹਨਾਂ ਦੇ ਨਾਲ ਵਿਚਰੇ ਜੇ, ਇਹਨਾਂ ਨਾਲ ਗੱਪਾਂ ਛਾਪਾਂ ਮਾਰੀਆਂ, ਇਹਨਾਂ ਦੇ ਨਾਲ ਵਿਚਾਰ ਵਟਾਂਦਰੇ ਵੀ ਕੀਤੇ, ਇਹਨਾਂ ਨੂੰ ਵੇਖਿਆ ਵੀ? ਹਾਂਜੀ, ਬਹੁਤ ਅੱਛੀ ਤਰ੍ਹਾਂ ਜਾਣਦੇ ਸੀ। ਇਹ ਆਦਮੀ ਇੱਦਾਂ ਵੀ ਸੀ ਵੀ ਬਹੁਤ ਨਾ ਹੰਬਲ, ਜਿੱਦਾਂ ਕਹਿ ਲਓ ਵੀ ਆਪਣੇ ਆਪ ਨੂੰ ਬਹੁਤ ਇੱਦਾਂ ਨੀਵਾਂ ਹੀ ਸਮਝਦੇ ਸੀ, ਸੀਗੇ ਕਿੰਨੇ ਵੀ ਹਰ ਇੱਕ ਗੱਲ ਵਿੱਚ ਗਿਆਨ, ਪਰ ਇਹ ਆਪਣੇ ਆਪ ਨੂੰ ਜਦੋਂ ਤੁਹਾਡੇ ਨਾਲ ਗੱਲ ਕਰਦੇ ਸੀ, ਇੱਦਾਂ ਲੱਗਦਾ ਸੀ ਵੀ ਤੁਹਾਨੂੰ ਵੱਡੇ ਸਮਝਦੇ ਸੀ, ਬਹੁਤ ਸਤਿਕਾਰ ਨਾਲ ਬੁਲਾਉਂਦੇ ਸੀ, ਮਿੱਠਾ ਬੋਲਦੇ ਸੀ, ਬਹੁਤ ਵੀ ਸੁਭਾਅ ਚੰਗਾ ਸੀ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਫਲ ਨੀਵੀਆਂ ਰੁੱਖਾਂ ਕਾਰ ਕਰਨਾ। ਅਤੇ ਇੱਥੇ ਫਿਰ ਜਦੋਂ ਉਹ ਰਿਟਾਇਰ ਹੋ ਗਏ, ਤੁਸੀਂ ਕਿਹਾ ਦਿੱਲੀ ਏਅਰਪੋਰਟ 'ਤੇ ਵੀ ਉਹਨਾਂ ਨੇ ਇੰਚਾਰਜ ਸੰਭਾਲਿਆ, ਫਿਰ ਇੱਥੇ ਉਹ ਕਮਿਊਨਿਟੀ ਲਈ ਕੀ ਕਰਦੇ ਰਹੇ? ਇੱਥੇ ਹੁਣ ਫਿਰ ਰਿਟਾਇਰ ਹੀ ਹੋਏ ਸੀ, ਬਸ ਉੱਦਾਂ ਹੀ ਕਮਿਊਨਿਟੀ ਵਿੱਚ ਹਿੱਸਾ ਲੈਂਦੇ ਸੀ, ਸਾਰਿਆਂ ਨੂੰ ਸਪੋਰਟ ਕਰਦੇ ਸੀ, ਅਤੇ ਪਰ ਉਦੋਂ ਵੀ ਉਮਰ ਵੀ ਜ਼ਿਆਦਾ ਸੀ, 70 ਸਾਲ ਤੋਂ ਜ਼ਿਆਦਾ ਉਮਰ ਦੇ ਜਦੋਂ ਇੱਥੇ ਆਏ ਸੀ, ਅਤੇ ਫਿਰ 20 ਸਾਲ ਇੱਥੇ ਕੱਟੇ,
ਅਤੇ ਉਸ ਤੋਂ ਬਾਅਦ ਫਿਰ ਜਦੋਂ ਆਪਣੇ ਉਹਨਾਂ ਨੇ ਇੱਕ ਉਹਨਾਂ ਦੀ ਨਾ ਐਂਬੀਸ਼ਨ ਸੀ ਪਹਿਲਾਂ ਦਾ ਵੀ ਆਪਣੀ ਹਿਸਟਰੀ ਸਾਰੀ ਜ਼ਿੰਦਗੀ ਦੀ ਨਾ ਉਹ ਵੀ ਲਿਖਣੀ ਕਹਾਣੀ ਲਿਖਣੀ ਸਾਰੀ ਕਿਤਾਬ ਵਿੱਚ ਆਪਣੀ ਉਹ ਫਿਰ ਇੱਥੇ ਸਾਡੇ ਲੋਕਲ ਰਿਪੋਰਟਰ ਸੀ ਉਹਦੇ ਨਾਲ ਰਲ ਕੇ ਨਾ ਗ੍ਰੈਮ ਰਸਲ ਉਹਦਾ ਨਾਮ ਸੀ ਆਪਣੀ ਸਟੋਰੀ ਲਿਖੀ ਉਹਦਾ ਨਾਮ ਸੀਗਾ ਫੋਰ ਕਿੰਗ ਐਂਡ ਅਨਦਰ ਕੰਟਰੀ ਵੀ ਰਾਜੇ ਲਈ ਅਤੇ ਹੋਰ ਦੇਸ਼ ਲਈ ਵੀ ਜਿਹੜੇ ਵੀ ਉਹਨਾਂ ਨੇ ਕੰਮ ਕੀਤਾ ਉਹ ਬੁੱਕ ਲਿਖੀ ਅਤੇ ਜਦੋਂ ਪਬਲਿਸ਼ ਕੀਤੀ 2010 ਵਿੱਚ ਉਹ ਤੋਂ 2 ਹਫ਼ਤੇ ਵਿੱਚ ਚਲਾਨਾ ਕਰ ਗਏ ਸੀ ਸੋ ਆਪਣਾ ਉਹ ਜਿਹੜਾ ਮਿਸ਼ਨ ਸੀ ਜੋ ਦੱਸਣਾ ਚਾਹੁੰਦੇ ਸੀਗੇ ਲੋਕਾਂ ਨੂੰ ਉਹਨਾਂ ਨੇ ਬੁੱਕ ਜਿਹੜੀ ਆਪਣੀ ਲਿਖੀ ਕਿ ਕਿਸ ਤਰ੍ਹਾਂ ਜਿਹੜੇ ਆ ਪੰਜਾਬੀ ਆਣ ਕੇ ਕਿਸ ਤਰ੍ਹਾਂ ਜਿਹੜੇ ਮਾਰ ਕੇ ਮਾਰੇ ਅਤੇ ਇੱਕ ਹੋਰ ਮੈਂ ਚੀਜ਼ ਪੁੱਛਣਾ ਚਾਹੁੰਦਾ ਕਿ ਇੱਥੇ ਜਿਹੜਾ ਗ੍ਰੇਵੀਅੰਟ ਆ ਲਾਗੇ ਬੰਨੇ ਦੀ ਆਪਣੀ ਪੰਜਾਬੀ ਆਬਾਦੀ ਕਿੰਨੀ ਕੁ ਹੈ ਇਹਦੇ ਇੱਥੇ ਤਕਰੀਬਨ 10,000 ਦੇ ਨੇੜੇ ਹੈਗੇ ਅਤੇ ਨਾਲ ਦੇ ਸ਼ਹਿਰ ਲਾ ਲਓ ਡਾਟਫੋਰਡ ਮੈਡਵੇ ਫਿਰ 15,000 ਦੇ ਨੇੜੇ ਹੋ ਜਾਂਦੇ ਅਤੇ ਇੱਥੇ ਵੀ ਬਹੁਤ ਚਿਰ ਦੇ ਇਸਟੈਬਲਿਸ਼ ਹੈਗੇ ਕਈ ਤਾਂ ਵੀ ਹੁਣ ਜਿੱਦਾਂ ਸਾਡਾ ਪਰਿਵਾਰ 1961 ਦੇ ਵਿੱਚ ਸਾਡੇ ਫਾਦਰ ਹੋਣੀ ਆਏ ਸੀ ਜਦੋਂ ਆਏ ਸੀ ਉਹ ਆਰਮੀ 'ਚ ਸੀ ਨਹੀਂ ਨਹੀਂ ਉਹ ਨਹੀਂ ਉਹ ਤਾਂ ਉਦੇ ਆਏ ਸੀ ਪਰ ਆਰਮੀ ਵਿੱਚ ਨਹੀਂ ਸੀ ਰਹੇ ਪਰ ਉਦੋਂ 1961 ਦੇ ਵੀ ਉਸ ਟਾਈਮ ਦੇ ਵੀ ਲੋਕ ਇੱਥੇ ਸੈਟਲ ਹੋਣ ਲੱਗੇ ਆ ਗ੍ਰੇਵਜ਼ੈਂਡ ਵਿੱਚ ਅਤੇ ਵੀ ਹੁਣ ਤਾਂ ਵੀ ਚੰਗੇ ਹੈਗੇ ਪਰ ਉਹਨਾਂ ਦਿਨਾਂ 'ਚ ਥੋੜ੍ਹੇ ਹੁੰਦੇ ਸੀ ਅਤੇ ਇਹ ਸਰਦਾਰ ਮਹਿੰਦਰ ਸਿੰਘ ਪੂਜੀ ਨੇ ਗੁਰਦੁਆਰੇ ਲਈ ਵੀ ਕੋਈ ਕੰਮ ਕੀਤਾ ਨਹੀਂ ਇਹ ਇਹ ਤੁਹਾਨੂੰ ਦੱਸਿਆ ਜਿੱਦਾਂ ਨਾ ਵੀ ਉਹ ਜਿਸ ਉਮਰ ਇੱਥੇ ਆਏ ਬਜ਼ੁਰਗ ਸੀ ਅਤੇ ਬਹੁਤੇ ਇੱਦਾਂ ਧਰਮ ਵੱਲ ਵੀ ਨਹੀਂ ਸੀ ਇਹਨਾਂ ਦਾ ਧਿਆਨ ਮਤਲਬ ਸਾਰੀ ਕਮਿਊਨਿਟੀ ਦਾ ਵੀ ਸਪੋਰਟ ਕਰਦੇ ਸੀ ਇੱਦਾਂ ਪਰ ਇੱਦਾਂ ਨਹੀਂ ਸੀ ਵੀ ਖਾਸ ਗੁਰਦੁਆਰੇ ਵੱਲ ਸਾਰਿਆਂ ਦੀ ਮਾਨਸ ਕੀ ਜਾਤ ਸਭੇ ਇਹ ਕੀ ਪਛਾਣਵੋ ਅਤੇ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਆਪਣੇ ਸਿੱਖਾਂ ਦੇ ਜਿਹੜੇ ਆ ਬਹਾਦਰੀਆਂ ਦੇ ਜਿਹੜੇ ਆ ਬੁੱਤ ਜਿਹੜੇ ਆ ਜਗ੍ਹਾ ਜਗ੍ਹਾ ਦੇ ਉੱਤੇ ਸਮੈਦਿਕ ਵੀ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਇੰਗਲੈਂਡ 'ਚ ਇੰਗਲੈਂਡ 'ਚ ਨਹੀਂ ਦੁਨੀਆ ਭਰ ਦੇ ਵਿੱਚ ਲਾਏ ਜਾ ਰਹੇ ਆ ਇਹਦੇ ਬਾਰੇ ਕੀ ਕਹਿਣਾ ਚਾਹੋ ਹਾਂਜੀ ਇਹ ਜਿਹੜੀ ਸਾਰੀ ਹਿਸਟਰੀ ਵਿੱਚ ਸਿੱਖਾਂ ਨੇ ਜਿਹੜਾ ਹਿੱਸਾ ਲਿਆ ਕੁਰਬਾਨੀਆਂ ਕੀਤੀਆਂ ਸਾਰੀ ਹੋਰ ਹੋਰ ਦੇਸ਼ਾਂ ਦੇ ਲਈ ਵੀ ਉਹ ਯਾਦ ਕਰੀਆਂ ਬਣਨੀਆਂ ਚਾਹੀਦੀਆਂ ਇਹ ਫਿਰ ਗ੍ਰੇਵਜ਼ੈਂਡ ਵਿੱਚ ਮੈਨੂੰ ਲੱਗਦਾ ਯੂਕੇ ਵਿੱਚ ਪਹਿਲਿਆਂ ਵਿੱਚੋਂ ਸੀ ਜਦੋਂ ਲੱਗਾ ਇਹ 2014 ਵਿੱਚ ਲੱਗਾ ਸੀ ਇਹ ਬੁੱਤ ਅਤੇ ਨਵੰਬਰ ਵਿੱਚ ਇਹ ਜਿਹੜਾ ਆਰਟਿਸਟ ਸੀ ਡਗਲਸ ਜੈਨਿੰਗ ਸੀ ਉਹਨੇ ਬਣਾਇਆ ਸੀ ਅਤੇ ਉਹਨੇ ਵੀ ਪਹਿਲੀ ਵਾਰੀ ਬਣਾਇਆ ਸੀ ਕਿਸੇ ਸਿੱਖ ਦਾ ਇਹ ਬੁੱਤ ਅਤੇ ਜਿਸ ਤਰ੍ਹਾਂ ਤੁਸੀਂ ਦੱਸਦੇ ਆ ਕਿ ਹੁਣ ਪਿਛਲੇ ਟਾਈਮ ਇਹ ਥੋੜ੍ਹਾ ਚਿਰ ਹੋਇਆ ਵਾ ਸਮੈਦਿਕ ਵੀ ਗੁਰਦੁਆਰੇ ਦੇ ਸਾਹਮਣੇ ਇਹ ਜਿਹੜਾ ਸਰਦਾਰਾਂ ਦਾ ਜਿਹੜਾ ਵਾ ਬੁੱਤ ਲਾਇਆ ਗਿਆ ਜਿਨ੍ਹਾਂ ਨੇ ਪਿਆਰੇ ਬੁੱਤ ਅਤੇ ਯਾਦਾਂ ਉਹਨਾਂ ਦੀਆਂ ਲੱਗਦੀਆਂ ਜਿਹੜੇ ਕੌਮ ਲਈ ਦੇਸ਼ ਲਈ ਕੁਛ ਕਰ ਜਾਂਦੇ ਆ ਪਿਆਰੇ ਦਰਸ਼ਕੋ ਉਹ ਆਪਣੀ ਜਿਹੜੀ ਆ ਛਾਪ ਛੱਡ ਜਾਂਦੇ ਆ ਔਰ ਇਹ ਵੀ ਬੜੀ ਖੁਸ਼ੀ ਦੀ ਗੱਲ ਆ ਕਿ ਯੂਰਪ ਦੇ ਜੇ ਆਪਾਂ ਜਾਈਏ ਫਰਾਂਸ ਅਤੇ ਬੈਲਜੀਅਮ ਦੇ ਬਾਰਡਰ ਦੇ ਉੱਤੇ ਈਪਰ ਸ਼ਹਿਰ ਜਿਹੜਾ ਵਾ ਉੱਥੇ ਸਿੱਖਾਂ ਦੀਆਂ ਜਿਹੜੀਆਂ ਵਾ ਇਸੇ ਤਰ੍ਹਾਂ ਯਾਦਾਂ ਬਣੀਆਂ ਉੱਥੇ ਜਦੋਂ ਰਾਜੇ ਮਹਾਰਾਜੇ ਜਾਂਦੇ ਆ ਦਿਨ ਹਰ ਸਾਲ ਅਤੇ ਪਹਿਲੀ ਕਤਾਰ 'ਚ ਸਿੱਖਾਂ ਦੇ ਨਾਂ ਲਿਖੇ ਆ ਅਤੇ ਮੁੜ ਕੇ ਬਾਹਰ ਇੱਕ ਜਗ੍ਹਾ ਵਾ ਜਿੱਥੇ ਉਹਨਾਂ ਦੀ ਯਾਦਗਾਰ ਬਣੀ ਆ ਜਿੱਥੇ ਸੰਸਕਾਰੇ ਗਏ ਆ ਉਹ 'ਤੇ ਲਿਖਿਆ ਫਲਾਨਾ ਸਿੰਘ ਪੁੱਤਰ ਫਲਾਨਾ ਸਿੰਘ ਪੱਤੀ ਫਲਾਣੀ ਫਲਾਨੀ ਰੈਜੀਮੈਂਟ ਇਹਨਾਂ ਲੋਕਾਂ ਨੇ ਇੰਨਾ ਰਿਕਾਰਡ ਵਰਲਡ ਵਾਰ ਤੱਕ ਉਦੋਂ ਤੋਂ ਪਹਿਲਾਂ ਦਾ ਸਾਂਭ ਕੇ ਰੱਖਿਆ ਅਤੇ ਆਪਣੇ ਕੀ ਕਾਰਨ ਆ ਕਿ ਆਪਣੇ ਜਦੋਂ ਕੋਈ ਆਪਣੇ ਮੰਨ ਲਓ ਗ੍ਰੈਂਡ ਫਾਦਰ ਦਾ ਵੀ ਆਪਾਂ ਨੇ ਕੋਈ ਸਰਟੀਫਿਕੇਟ ਲੈਣਾ ਹੋਵੇ ਅਤੇ ਆਖਦੇ ਸਾਨੂੰ ਨਹੀਂ ਪਤਾ ਫਾਦਰ ਦਾ ਵੀ ਲੈਣਾ ਹੋਵੇ ਨਹੀਂ ਪਤਾ ਅਸੀਂ ਇੰਨੇ ਪਿੱਛੇ ਕਿਉਂ ਆ ਪੇਪਰ ਵਰਕ ਦੇ ਵਿੱਚ ਮੈਨੂੰ ਲੱਗਦਾ ਆਪਣੀ ਇਹੀ ਗੱਲ ਆ ਵੀ ਪਹਿਲੇ ਦਿਨਾਂ ਵਿੱਚ ਰਿਕਾਰਡ ਰੱਖਦੇ ਨਹੀਂ ਸੀ ਨਾ ਸਹੀ ਜਿਹੜੇ ਆਪਣੇ ਵੀ ਬੰਦੇ ਜਿਹੜੇ ਆਰਮੀ ਦੇ ਥਰੂ ਆਏ ਆ ਜਾਂ ਹੋਰ ਸਿਵਲ ਸਰਵਿਸ ਵਗੈਰਾ ਇੰਡੀਆ ਦੇ ਵਿੱਚ ਵੀ ਉਹਨਾਂ ਦੇ ਤਾਂ ਪੂਰਾ ਹੈਗਾ ਰੈਕੋਰਡ ਪਰ ਜਿਹਨਾਂ ਦੇ ਜਨਮ ਕਹਿ ਲਓ ਵੀ ਪਿੰਡਾਂ ਵਿੱਚ ਹੋਏ ਜਾਂ ਇੱਦਾਂ ਉੱਥੇ ਫਿਰ ਰਜਿਸਟਰ ਨਹੀਂ ਸੀ ਕਰਦੇ ਉਹਨਾਂ ਦਿਨਾਂ ਵਿੱਚ ਅਤੇ ਇਸ ਕਰਕੇ ਹੁਣ ਸਾਡੇ ਆਪਣੇ ਪਰਿਵਾਰ ਦੀ ਗੱਲ ਦੇਖ ਲਓ ਵੀ ਮੈਂ ਸਭ ਤੋਂ ਛੋਟਾ ਮੇਰਾ ਜਨਮ ਕੀਨੀਆ ਦਾ ਸੋ ਮੇਰਾ ਤਾਂ ਬਰਥ ਸਰਟੀਫਿਕੇਟ ਵਗੈਰਾ ਹੈਗਾ ਸਾਰਾ ਬਾਕੀ ਸਾਰੇ ਪਰਿਵਾਰ ਦਾ ਇੰਡੀਆ ਪਿੰਡ ਵਿੱਚ ਜਨਮ ਅਤੇ ਉਹਨਾਂ ਦੇ ਕੋਈ ਸਰਟੀਫਿਕੇਟ ਹੈ ਨਹੀਂ ਉਹ ਫਿਰ ਅੰਦਾਜ਼ੇ ਨਾਲ ਵੀ ਜਨਮ ਦਿਨ ਮਨਾਉਂਦੇ ਵੀ ਤੁਹਾਨੂੰ ਪਤਾ ਵੀ ਇਸ ਦਿਨ ਇਸ ਟਾਈਮ 'ਤੇ ਸੀਗਾ ਸੜੇ ਹਾਂਜੀ ਸੋ ਆਪਣੇ ਵਿਰਦੀ ਸਾਹਿਬ ਜਿਸ ਤਰ੍ਹਾਂ ਇਹ ਪੰਜਾਬੀ ਜਿੱਥੇ ਵੀ ਗਿਆ ਸੱਤਾਂ ਸਮੁੰਦਰਾਂ ਤੋਂ ਪਾਰ ਇਹਨਾਂ ਨੇ ਬੜੀ ਹੱਡ ਭੰਨਵੀਂ ਕਮਾਈ ਕੀਤੀ ਆ ਹਾਰਡ ਵਰਕ ਕੀਤਾ ਵਾ ਇੱਥੇ ਇੰਗਲੈਂਡ ਦੇ ਵਿੱਚ ਕਵੀਨ ਜਦੋਂ ਵੀ ਕਿਤੇ ਜਾਂਦੇ ਆ ਜਾਂ ਸਾਰੇ ਪ੍ਰਾਈਮ ਮਿਨਿਸਟਰ ਵਗੈਰਾ ਇੰਗਲੈਂਡ ਦੇ ਨਹੀਂ ਦੁਨੀਆ ਭਰ ਦੇ ਪ੍ਰਾਈਮ ਮਿਨਿਸਟਰ ਸਿੱਖਾਂ ਦੀ ਜਿਹੜੀ ਆ ਬੱਲੇ ਬੱਲੇ ਕਹਿੰਦੇ ਆ ਕਿ ਬੜਾ ਹਾਰਡ ਵਰਕ ਰਿਹਾ ਪੰਜਾਬੀ ਬਹੁਤ ਇਹਨਾਂ ਮਿਹਨਤ ਕੀਤੀ ਆ ਔਰ ਇਸ ਖਾਸ ਕਰਕੇ ਇੰਗਲੈਂਡ ਦੇ ਯੋਗਦਾਨ ਦੇ ਵਿੱਚ ਬੜਾ ਇਹਨਾਂ ਦਾ ਬਹੁਤ ਜ਼ਿਆਦਾ ਪਾਰਟਸ ਆ ਕੀ ਕਹਿਣਾ ਚਾਹੋ ਉਹ ਫਿਰ ਹੁਣ ਇਹੀ ਗੱਲ ਆ ਹੁਣ ਆਪਣੇ ਜਿਹੜੇ ਵੀ ਬੇਸਿਕ ਆਪਣੇ ਪ੍ਰਿੰਸੀਪਲ ਹੈਗੇ ਵੀ ਕਿਰਤ ਕਮਾਈ ਕਰੋ ਨਾਮ ਜਪੋ ਵੰਡ ਛਕੋ ਉਹ ਫਿਰ ਸਾਰੀ ਇੱਥੇ ਆਪਾਂ ਸਿੱਖੀ ਸਿੱਖ ਜਿੰਨੇ ਵੀ ਹੈਗੇ ਆ ਉਹ ਹਿੱਸਾ ਲੈਂਦੇ ਆ ਪੂਰੇ ਸਹੀ ਕਮਾਈ ਨਾਲ ਕੰਮ ਕਰਦੇ ਮਿਹਨਤ ਕਰਦੇ ਹਰ ਇੱਕ ਪ੍ਰੋਫੈਸ਼ਨ ਵਿੱਚ ਹੈਗੇ ਆਪਣੇ ਲੋਕ
ਤੇ ਇਹਦੇ ਕਰਕੇ ਫਿਰ ਉਹ ਅੱਗੇ ਸਿਫਤਾਂ ਹੋਣੀ ਆ। ਜੇ ਤੁਸੀਂ ਹੋਰ ਕਈ ਵੀ ਸਟੈਟਿਸਟਿਕਸ ਦੇਖ ਲਓ ਇੱਥੇ ਦੇ ਆਪਣੇ ਸਾਰੇ ਵੀ ਕੁਆਲੀਫਿਕੇਸ਼ਨ ਵੀ ਸਭ ਤੋਂ ਜ਼ਿਆਦਾ ਹੈਗੀਆਂ, ਕੰਮ ਵਿੱਚ ਵੀ ਸਾਰੇ ਕਾਬਲ ਆ, ਸਾਰੇ ਹਰ ਇੱਕ ਫੀਲਡ ਵਿੱਚ, ਭਾਵੇਂ ਡਾਕਟਰੀ ਲੈ ਲਓ, ਟੀਚਿੰਗ ਲੈ ਲਓ, ਮਿਨਿਸਟਰੀ 'ਚ ਵੀ ਆਉਂਦੇ। ਹਾਂਜੀ, ਮਿਨਿਸਟਰ ਵੀ ਹੈਗੇ ਆ, ਪਾਰਲੀਮੈਂਟ ਵਿੱਚ ਮੈਂਬਰ ਆਫ ਪਾਰਲੀਮੈਂਟ ਵੀ ਹੈਗੇ ਹੁਣ ਆਪਣੇ, ਹਰ ਇੱਕ ਵਿੱਚ ਜਦ ਹੈ ਹੀ ਫਿਰ ਕਾਬਲ ਆਪਣੀ ਕਮਿਊਨਿਟੀ ਦੇ ਮੈਂਬਰ, ਤਾਂ ਫਿਰ ਸਿਫਤਾਂ ਹੋਣੀਆਂ ਚਾਹੀਦੀਆਂ ਹੀ ਆ। ਜਿਸ ਤਰ੍ਹਾਂ ਇਹ ਬੁੱਤ ਲੱਗਾ ਵਾ ਜਿਹੜਾ ਆਰਟਿਸਟ ਸੀਗਾ ਉਹਦੇ ਮਨ ਦੇ ਵਿੱਚ, ਕਿਉਂਕਿ ਗੋਰੇ ਆ ਇਹਨਾਂ ਨੂੰ ਬਹੁਤਾ ਪੱਗ ਬਾਰੇ ਵੀ ਨਹੀਂ ਪਤਾ, ਉਹ ਕਿਸ ਤਰ੍ਹਾਂ ਉਹਨੇ ਮਲਬੇ ਦਾ ਜਿਹੜਾ ਦਸਤਾਰ ਦਾ ਜਿਹੜਾ ਵਾ ਉਹ ਤਿਆਰ ਕੀਤਾ ਸਟੈਚਲ। ਉਹ ਇਹ ਜਿਹੜਾ ਆਰਟਿਸਟ ਸੀ ਉਹਦਾ ਨਾਮ ਸੀ ਡਗਲਸ ਜੈਨਿੰਗਸ, ਉਹਨੇ ਪਹਿਲੀ ਵਾਰੀ ਬੁੱਤ ਬਣਾਇਆ ਸੀ ਵੀ ਕਿਸੇ ਆਪਣੇ ਬੰਦੇ ਦਾ, ਸਰਦਾਰ ਦਾ। ਅਤੇ ਉਹ ਫਿਰ ਜਿਹਨਾਂ ਨੇ ਇੱਥੇ ਔਰਗਨਾਈਜ਼ ਕੀਤਾ ਸੀ ਉਹ ਕਹਿੰਦਾ ਵੀ ਮੈਨੂੰ ਪੱਗ ਦਾ ਨਹੀਂ, ਦਸਤਾਰ ਦਾ ਨਹੀਂ ਪਤਾ ਵੀ ਕਿੱਦਾਂ ਬੰਦ ਆ ਕੀ ਹਿਸਾਬ। ਉਹ ਫਿਰ ਮੈਨੂੰ ਕਿਹਾ ਸੀ ਵੀ ਉੱਥੇ ਉਹਨਾਂ ਦੇ ਸਟੂਡੀਓ 'ਚ ਜਾ ਕੇ ਅਤੇ ਉਹਨੂੰ ਦਿਖਾਓ ਵੀ ਕਿੱਦਾਂ ਪੱਗ ਬੰਨੀ ਜਾਂਦੀ। ਅਤੇ ਫਿਰ ਉਹਨੂੰ ਫਿਰ ਉਹ ਪੱਗ ਨੂੰ ਫਿਰ ਇੱਕ ਸਟੈਚੂ 'ਤੇ ਰੱਖ ਕੇ, ਉੱਥੇ ਜਿਹੜਾ ਉਹਦੇ ਕੋਲ ਹੋਰ ਹੈਗਾ ਸੀ ਸਟੈਚੂ, ਉਹ ਫਿਰ ਉਹ ਤੋਂ ਉਹਨੇ ਸ਼ੇਪ ਕੀਤੀ ਸੀ। ਉਹ ਕੋਸ਼ਿਸ਼ ਕੀਤੀ ਸੀ ਵੀ ਫੋਟੋਆਂ ਦੇਖ ਕੇ ਨਾ ਮਹਿੰਦਰ ਸਿੰਘ ਪੂਜੀ ਉਹਨਾਂ ਦੀਆਂ ਪਹਿਲੀਆਂ, ਬਈ ਜਿੱਦਾਂ ਦੀ ਉਹਨਾਂ ਦੀ ਪੱਗ ਸੀ ਉੱਦਾਂ ਦੀ ਬੰਨੀ ਹੈ, ਅਤੇ ਉਹ ਤੋਂ ਫਿਰ ਉਹਨਾਂ ਨੇ ਮਾਡਲ ਕੀਤੀ ਸੀ। ਦਸਤਾਰ ਵੀ ਸ਼ਾਨ ਆ। ਅਤੇ ਆਪਾਂ ਗੱਲ ਕਰੀਏ ਕਿ ਚਾਹੇ ਵਰਲਡ ਵਾਰ ਦੇ ਵਿੱਚ 82,000 ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਫਸਟ ਵਾਰ, ਸੈਕਿੰਡ ਵਰਲਡ ਵਾਰ ਦੇ ਵਿੱਚ, ਜੇ ਆਪਾਂ 1965 ਦੀ ਗੱਲ ਕਰੀਏ ਉਦੋਂ ਵੀ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ, 1975 ਦੇ ਵਿੱਚ ਜਦੋਂ ਵਾਰ ਹੋਈ ਪਾਕਿਸਤਾਨ ਉਦੋਂ ਵੀ ਕੁਰਬਾਨੀਆਂ ਦਿੱਤੀਆਂ, ਕਾਰਗਿਲ ਦੀ ਲੜਾਈ ਹੋਈ ਉਦੋਂ ਵੀ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ। ਸਭ ਤੋਂ ਵੱਡੀਆਂ ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ, ਚਾਹੇ ਉਹ ਸ਼ਹੀਦ ਊਧਮ ਸਿੰਘ ਸੀ, ਚਾਹੇ ਉਹ ਭਗਤ ਸਿੰਘ ਸੀ, ਚਾਹੇ ਕਰਤਾਰ ਸਿੰਘ ਸਰਾਭਾ, ਜਿੰਨੇ ਵੀ ਆਪਣੇ ਯੋਧੇ ਹੋਏ ਆ ਉਹਨਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਜਿਹੜਾ ਆਜ਼ਾਦ ਕਰਾਇਆ, ਅਤੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਤਾਂ ਆਪਣੇ ਬਹੁਤ ਮਾਣ ਵਾਲੀ ਗੱਲ ਆ ਕਿ ਇੰਡੀਆ ਦੀ ਹੁਣ ਆਪਣੇ ਸਿੱਖਾਂ ਦੀ ਪਾਪੂਲੇਸ਼ਨ ਹੈਗੀ ਮੈਨੂੰ ਲੱਗਦਾ 1.5%, ਅਤੇ ਆਰਮੀ ਦੇ ਵਿੱਚ ਉਹਨਾਂ ਦਿਨਾਂ ਵਿੱਚ ਵੀ ਮੈਨੂੰ ਲੱਗਦਾ 12 ਤੋਂ ਲੱਗ ਕੇ 20% ਤੱਕ ਰਹੀ ਆ ਜਿਹੜੇ ਸਿੱਖ ਰਹੇ ਆਰਮੀ ਦੇ ਵਿੱਚ। ਅਤੇ ਉਹ ਫਿਰ ਇਸ ਕਰਕੇ ਗਿਆ ਵੀ ਬਹਾਦਰੀ ਕਰਕੇ ਵੀ ਆਰਮੀ ਵਿੱਚ ਵੀ ਉਹਨਾਂ ਨੂੰ ਜ਼ਿਆਦਾ ਰੋਲ ਦਿੱਤੇ ਗਏ ਸੀ। ਅਤੇ ਇਹ ਆਪਣੀ ਬਹੁਤ ਵੀ ਮਾਣ ਵਾਲੀ ਗੱਲ ਹੀ ਆ ਜਿਹੜੇ ਵੀ ਉਹਨਾਂ ਨੇ ਇੰਨੀ ਕੁਰਬਾਨੀਆਂ ਕੀਤੀਆਂ। ਸੋ ਇਹ ਇਹਨਾਂ ਨੇ ਜਾਣਕਾਰੀ ਦਿੱਤੀ ਆ ਪੰਜਾਬੀ ਦੇ ਵਿੱਚ, ਸਾਡੇ ਬਹੁਤ ਸਾਰੇ ਵਿਊਜ਼ ਅਸੀਂ ਚਾਹੁੰਦੇ ਹਾਂ ਕਿ ਇੰਗਲਿਸ਼ ਦੇ ਵਿੱਚ ਵੀ ਜਿਹੜਾ ਇੱਥੇ ਸਾਡੇ ਨੌਜਵਾਨਾਂ ਨੂੰ ਪਤਾ ਲੱਗੇ ਕਿ ਸਾਡੇ ਵੱਡ ਵਡੇਰਿਆਂ ਦੀਆਂ ਕੀ ਕੁਰਬਾਨੀਆਂ। ਮੈਂ ਸਾਡੇ ਨਾਲ ਹਮਰਾਜ ਸਿੰਘ ਜੀ ਨੌਜਵਾਨ ਹੈ, ਮੈਂ ਕਹੂੰਗਾ ਉਹਨਾਂ ਨੂੰ ਕਿ ਇਹਨਾਂ ਦੇ ਨਾਲ ਕੋਈ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਇੰਗਲਿਸ਼ ਦੇ ਵਿੱਚ ਵੀ ਇਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਕਰਨ। ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਸਟ ਆਫ ਆਲ ਬਿਗ ਥੈਂਕਸ ਟੂ ਜਗਤਾਰ ਅੰਕਲ ਜੀ ਐਂਡ ਸਿਕਿਉਰਿਟੀ ਟੀਮ ਫੋਰ ਗਿਵਿੰਗ ਮੀ ਦੀ ਓਪਰਚੁਨਿਟੀ ਟੂ ਕਮ ਹੇਅਰ ਐਂਡ ਐਕਚੁਅਲੀ ਹੈਵ ਦਰਸ਼ਨ ਆਫ ਗ੍ਰੇਵਜ਼ੈਂਡ ਐਂਡ ਵੀ ਆਰ ਕੁਆਈਟ ਬੈਸਟ ਟੂ ਐਕਚੁਅਲੀ ਮੀਟ ਅੰਕਲ ਸੁਖਦੇਵ Jagdev ji, sorry, you know your name is so beautiful, it comes in both ways as well. Uncle Virdi ji, I mean, we see a beautiful statue behind us. I mean, by Mahendra Singh Poji was actually a squadron leader and was actually one of the first people who actually was part of the Royal Air Force of the United Kingdom as well. And of course, you know, many have more come down in the path as well. And just to put like facts into figures, you know, 83,000 Sikhs died during the World War and about 100,000 Sikhs were wounded as well. And there was different reasons why some of the Sikhs joined the British and helping them out in the war. Just from your understanding, because you actually met, you know, Bhai Mahendra Singh, from your understanding, what was one of the reasons why he joined the World War for the Great Britain? Well, he was actually very passionate about flying, so he was already a pilot when he came here. And when the British needed pilots during the Second World War, they were recruiting in India. And so he was a group of, I think it was about 47 or 49 pilots who came over. He was just a very enthusiastic flyer before then. He rose through the ranks to become a squadron leader. As you mentioned, we had so many Shaheeds. He was one of the ones who actually survived the war, and he was the only pilot that we know of who actually flew on various battlefronts, not just Europe, okay, but he also flew in the Middle East and the Far East, and survived all three battlefronts. He then retired. Mm-hmm. After he retired from the Air Force, after the World Wars, he then also had various jobs, one of which was actually managing Delhi Airport. Okay. And there he also got into flying gliders, of all things. And he was a passionate flyer right up to his very late days. I mean, he was flying to see his family in America and India right up to when he was 90 plus. Awesome. So I think it is fair to say that after Mahendra Singh, you know, during his retirement, his passion for flying and, you know, gliding has not
gone away, and he definitely has continued. And of course, you had a personal relationship with him as well, and you actually took a key figure in helping, you know, the artists make the turban of the statue as well. So what was the kind of the process that you had to have the conversation with the artist itself? Because from what I've heard, that the artist didn't really have an experience making Sikh statues before. So how was the complication like, and how did you overcome the obstacle? Well, it was a collaborative team here in Gravesend who put together the whole project. So we were part of that team through the Gurdwara, the council, various other individuals who had known Squadron Leader Pooji. So as the process was going on, as the artist started work on the statue, he had to work from a lot of pictures. Then he obviously realized, you know, he'd never actually made a statue of the star, a turban. Yeah. So he asked us for help. Could somebody come and help him to understand how the star is tied? Yeah. So I was asked to go to his studio, actually tie the star in front of him. It's similar to the way that Squadron Leader Pooji wore his star, again looking from pictures. So I did that, and then we also tied one on a statue there. He had a little bust of another sort of person. Okay. We tied on that so he could keep it there. Mm-hmm. And then he modelled it on that. It just goes to show that, you know, just by looking at pictures, for someone who's not really into Sikhi or doesn't know much about Sikhs, just looking from a picture of a turban, you can't really really express the gloriousness of the turban until you get someone in person, a Sikh in person, and actually show you how to actually tie the turban itself. So, which is why where you guys came in place and actually showing what the turban is about, and probably taught him how what the meaning of the turban is as well, yes, right? Yes, absolutely. Because he'd been learning a lot more about that actually through the whole process. So we had been giving him background to Sikhs generally. Awesome. During that whole project. It took, you know, I think well over a year or so to complete the whole project. Fantastic. Yeah. So I can just see the statue in front of us. I mean, some of the Sangta can watch this, the statue in front of us as well. And people can see you're the star as well. And I've got to say, they look quite similar indeed. So the main question rises here. Was you inspired by the turban, which is the reason why you're wearing that kind of style here today? Well, I was wearing this style before I knew of Squadron Leader Pooji, but I think the reason they asked me to go up and work with the artist was because they thought mine was similar to his, looking at his pictures. Okay. Although he was slightly bigger than mine, so we tried to make it similar to his on the actual statue. Now, some people call it Kenyan style, some people call it UK style. What is the actual name, just from your understanding? Well, yeah, normally people do call it Kenyan style or African style, and I was born in Kenya, but I've lived here in Gravesend since 1964, since I was 8 years old. Awesome. Yeah. Awesome. So what is like the community like in Gravesend? Because Gravesend is not too far from where London, and, you know, just looking at the people around here, what's the general atmosphere like here in Gravesend, UK? I think here in Gravesend we have very good community relations overall, because this community is very well settled here for a long time. Work-wise, a lot of people commute into London, so it's easy commuting distance, but there's also a lot of local work. When people first came to settle here, there was a lot of industry. We're on the river here, the River Thames. Okay. And so just Tilbury Dockyard was just across the river. We had paper mills here, cement works, AEI cable works. There's a lot of work in this area, but also not very far. You could take the ferry across the river and take a short train ride to Dagenham Motor Works. Okay. So a lot of people work there. So there was a lot of work in this area. And I think a lot of the people in Gravesend, probably I would say nearly half of the Sikhs in Gravesend, are from a few villages around Jalandhar. Okay. Because some families came, then their friends and their relatives and so on. So everybody here knows each other. It's quite a well-knit community. So I think it is fair to say that, you know, Gravesend actually lies very close to your heart, because you actually was here since almost near to your birth, and, you know, growing up and seeing the whole, you know, seeing the city grow as well over the years. And as you've seen the city grow over the years, how much have you seen in the rise of Sikh population and in terms of the Sikhs coming to the Gravesend area? Well, I think now in the area, say Gravesend, Dartford and Medway Town, which is close to us, between us we've probably got about 15,000 Sikhs. Okay. Whereas in the days when we came, there were probably just a few hundred. Okay. So it's gradually risen over that time. A lot of them are now third generation, possibly even some fourth generation. Yeah. A lot of people who are staying there have lived here almost all their lives. So if you talk about Gravesend, one thing that does actually quite refer quite closely is also the Maharaj Daleep Singh.
and how some of the things he's been quite closely linked to the area. What are you, from your understanding, how is he quite linked to the area for some of the people watching at home? Well, some of the people from Gravesend have been involved in organising the festival in Thetford for the Thetford and Punjab festival in in 2018, and then last year we extended it to Norfolk and the Punjab. Oh, yes. But the connection with Gravesend is that when Maharaj Dalip Singh tried to go to India, and he sailed to India and was stopped at Aden, he actually sailed from here in Gravesend. Okay. Yes, from the dock, the ship sailed from here. Literally just behind us. Somewhere near here. Okay. And so in 2018, we decided to actually commemorate that. And just behind you, only about 100 yards or so, there's a St. Andrew's Art Centre. Okay. And we put a plaque in there to commemorate, because that was the 125th anniversary of the Maharaj Dalip Singh passing. And so we put a plaque there to commemorate that. So you guys work quite closely with the Thetford community, along with the Gravesend community as well, in terms of Maharaj Dalip Singh and his commemorations. In terms of what Maharaj Dalip Singh has actually done, I mean, for some of the people watching at home may have heard the name for the first time ever. Can you give us like a quick, short, brief background about his nature and how he actually came about? Well, Maharaj Dalip Singh was brought to the UK during the time of Queen Victoria after the passing of Maharaj Ranjit Singh. So the British basically sort of brought him to the UK in order to sort of, as part of the process for actually taking over the Punjab. Yeah. And he was brought up in the UK as a Christian. But in later life, he did turn back to Sikh. He wanted to go back and meet his mother, who had been separated from for many, many years. And it was during that sort of process that he tried to go back to India, but he was stopped in Aden by the British and then turned back. And he ended up then going to Paris. And that's where he stayed for the rest of his life. That's where he passed away. I mean, it was a very difficult time for the Sikhs, especially when the East End Company started taking over, you know, the whole of India. And, you know, when Maharaj Ranjit Singh unfortunately died, and there wasn't really a strong leader for the Sikhs, hence Maharaj Dalip Singh was converted into Christianity. But then later he realised, you know, how beautiful Sikhi was, and then he converted back into Sikhi. But also talking about the struggles the Sikhs faced, especially around that type of time, you can refer back to, you know, squadron leader Mahinder Singh Pujji, because he was actually, although it's slightly further in time, Mahinder Singh Pujji, of course, had to go through the similar sort of difficulties in that time, and which is one of the reasons why he had to, you know, join the Royal Air Force for the UK as well, right? Yes, because I suppose in those terms it was quite an honourable thing to be part of the armed forces, whether it's the army or the air force. So yes, I suppose a lot of our young men at the time wanted to be part of the army. But as he wrote in his book, his life was for King and Another Country. Okay. That's the title of his book, which sort of signified that he actually had to sort of leave his country and actually fight for another country and another king. To make his name. Awesome. So maybe in that time, the way that things have been promoted and advertised by the British ruling is that if you join us, it's actually seen as a great significance for the British, would you say? Yes, and the British at the time needed people to support over a million sort of soldiers and members of the armed forces from India actually, you know, fought for the British. So there was very much a need. And I think, but also for our people, it was almost like a way out of poverty as well, and to get higher status in a way. It was just seen as a way of actually sort of making progress, I guess. Thank you. Yeah. Thank you for coming down. So, Sarsangji, this was a brief little history lesson about the nice area of Gravesend with the Jagdev Uncle Viridi. Thank you for coming down. And Sarsangji, thank you for tuning in as well. You both listen to both the Punjabi version and the English version, so there's no reason for you guys not to learn anything here today. Thank you to everyone watching, and we will catch you guys in the next adventure. Vaheguru Ji Ka Khalsa, Vaheguru Ji Ki Fateh.